ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਆ ਸਾਰਿਆਂ ਦੇ। ਜਦੋਂ ਪਿਛਲੀ ਸਨੋਹ ਪਈ ਸੀ ਨਾ, ਬੜੇ ਜਣਿਆਂ ਨੇ ਕਿਹਾ ਸੀ ਵੀਰਾਂ ਭਰਾਵਾਂ ਨੇ ਕਿ ਬਾਈ ਸਨੋਹ ਦਾ ਵਲੌਗ ਬਣਾ ਦਿਓ। ਲਓ ਜੀ, ਤੁਹਾਡੀ ਮਨੋਕਾਮਨਾ ਪੂਰੀ ਹੋ ਗਈ ਆ। ਰਾਤੀ ਸਨੋਹ ਪਈ ਆ, ਹਜੇ ਵੀ ਪੈ ਰਹੀ ਆ, ਅਤੇ ਹੁਣੇ ਉੱਠਿਆ ਸੀ ਮੈਂ, ਤਿਆਰ ਵਗੈਰਾ ਹੋਇਆ ਕਿਉਂਕਿ ਆਪਾਂ ਥੋੜ੍ਹੇ ਜਿਹੇ ਕੰਮ 'ਤੇ ਜਾਣਾ, ਤੁਹਾਨੂੰ ਕੰਮ ਵੀ ਦਿਖਾਉਣੇ ਆ। ਅੱਜ ਆਪਾਂ ਚੱਲਦੇ ਹਾਂ ਸ਼ੂਟ 'ਤੇ, ਅਤੇ ਸ਼ੂਟ ਕਾਹਦਾ ਆ ਉਹ ਥੋੜ੍ਹੇ ਦਿਨਾਂ ਤੱਕ ਰਿਵੀਲ ਕਰਾਂਗੇ। ਬੜੀ ਘੈਂਟ ਚੀਜ਼ ਆਉਣ ਵਾਲੀ ਆ, ਐਂਡ ਬੰਦਿਆਂ ਨੂੰ ਬੁਲਾਵਾਂਗੇ ਜਿਹੜੇ ਜਿਹੜੇ ਅਸੀਂ ਲਾਈਕ ਕਰ ਰਹੇ ਹਾਂ ਉਹ ਕੰਮ। ਐਂਡ ਸੁਣੋ, ਪਹਿਲਾਂ ਤੁਹਾਨੂੰ ਇੱਥੋਂ ਦਿਖਾਉਣਾ, ਫਿਰ ਥੱਲੇ ਆ ਕੇ ਆਪਾਂ ਬੈਕ ਯਾਰਡ ਦੀ ਦੇਖਦੇ ਹਾਂ। ਬਾਹਰ ਮੈਨੂੰ ਲੱਗਦਾ ਗੱਡੀ ਭਰੀ ਪਈ ਹੋਣੀ ਆ ਯਾਰ, ਦੇਖਦਾ ਮੈਂ ਹੁਣੇ ਉੱਤੋਂ। ਇੱਕ ਨਾ ਸਾਡੇ ਆ ਜਿਹੜੇ ਪੜਦੇ ਆ, ਇਹਨਾਂ ਨੂੰ ਐਂ ਕਰਕੇ ਚੱਕਣਾ ਪੈਂਦਾ। ਲਓ ਜੀ, ਚੈੱਕ ਕਰੋ, ਆਹ ਆਪਣੀਆਂ ਥੱਲੇ ਤਿੰਨ ਗੱਡੀਆਂ ਖੜੀਆਂ, ਦੋ ਗੁਆਂਢੀਆਂ ਦੀਆਂ ਅਤੇ ਆਪਣੀਆਂ ਗੱਡੀਆਂ ਦੇ। ਪ੍ਰੋਪਰ ਸਨੋਹ ਪਈ ਆ, ਪਰ ਸਨੋਹ ਹੁਣ ਮਿੰਨੀ ਮਿੰਨੀ ਜੀ ਪੈ ਰਹੀ ਆ, ਕੋਈ ਜ਼ਿਆਦਾ ਨਹੀਂ। ਇੱਧਰ ਵੀ ਦੇਖ ਸਕਦੇ ਹੋ ਤੁਸੀਂ, ਲਾਈਕ ਪ੍ਰੋਪਰ ਐਨ ਕੰਮ ਢੱਕਿਆ ਹੋਇਆ ਯਾਰ। ਅਤੇ ਮੈਨੂੰ ਤਾਂ ਲੱਗਦਾ ਯਾਰ ਗੱਡੀ ਨਹੀਂ ਚੱਲਣੀ, ਮੇਰੀ ਗੱਡੀ ਦੇ ਸਨੋਹ ਟਾਇਰ ਵੀ ਨਹੀਂ ਹੈਗੇ। ਐਂਡ ਨਿਕਲੀਏ, ਚੱਲੀਏ ਫਿਰ, ਆ ਜਾਓ ਮੇਰੇ ਨਾਲ, ਤੁਹਾਨੂੰ ਅੱਜ ਪ੍ਰੋਪਰ ਪੂਰਾ ਫਨ ਕਰਾਉਣੇ ਆ। ਹਾਂ, ਆਪਣਾ ਯਾਰ ਬੈੱਡ ਆਪਾਂ ਹਜੇ ਵੀ ਅਸੈਂਬਲ ਨਹੀਂ ਕੀਤਾ, ਇਹ ਉੱਦਾਂ ਹੀ ਪਿਆ, ਅਤੇ ਇਹਦਾ ਵੀ ਵਲੌਗ ਜਲਦੀ ਆਊਗਾ। ਇਹਦਾ ਲਾਈਕ ਕਾਫੀ ਲਾਈਕ ਤਾਮ ਝਾਮ ਜਿਹਾ ਹੁੰਦਾ ਯਾਰ, ਇਸ ਕਰਕੇ ਨਾ ਮੈਂ ਇਹਨੂੰ ਕਿਹਾ ਵੀ ਥੋੜ੍ਹੇ ਜਿਹਾ ਆਪਾਂ ਲੇਕਿਨ ਲੇਟ ਹੀ ਕਰਾਂਗੇ। ਅਤੇ ਇਹ ਆਪਣਾ ਜਿਹੜਾ ਆਪਾਂ ਗੱਦਾ ਚੱਕ ਕੇ ਲਿਆਉਂਦਾ ਸੀ, ਇਹ ਤੁਸੀਂ ਦੇਖ ਸਕਦੇ ਹੋ। ਐਂਡ ਉਸ ਤੋਂ ਬਾਅਦ ਆਪਾਂ ਚੱਲਦੇ ਹਾਂ ਕਿਚਨ ਦੇ ਵਿੱਚ, ਅਤੇ ਕੀ ਬਣਿਆ ਅੱਜ, ਕੀ ਬਣਿਆ। ਉਹ ਕਿਆ ਬਾਤ ਹੈ ਬਈ, ਮੈਗੀ, ਕਿਆ ਬਾਤ ਹੈ, ਥੈਂਕ ਯੂ ਲਵ ਭਾਜੀ, ਮੈਗੀ ਬਣਾਈ ਸਾਡੇ ਲਈ। ਐਂਡ ਪਿੱਛੇ ਚੱਲਦੇ ਹਾਂ, ਪਿੱਛੇ ਤਾਂ ਤੁਹਾਨੂੰ ਦਿਖਾਉਣੇ ਆ ਬਈ, ਦੇਖੋ ਇਹ ਫਿਰ ਆਪਾਂ ਨੂੰ ਯਾਰ ਪੜਦਾ ਜਾਇਆ ਚੱਕਣਾ ਪੈਣਾ, ਇਹਨਾਂ ਨੇ ਤਾਂ ਜੱਪ ਹੀ ਪਾਤਾ ਪੜਦੇ ਹਾਂ ਇਹਨਾਂ। ਅਤੇ ਇਹ ਹੈਗਾ ਮੁੰਡੇ ਆਪਣਾ ਬੈਕਯਾਰਡ, ਬੈਕਯਾਰਡ ਤੁਸੀਂ ਦੇਖ ਸਕਦੇ ਹੋ। ਆਹ ਯਾਰ ਪਤਾ ਨਹੀਂ ਕੀ ਹੁੰਦਾ, ਮੈਨੂੰ ਨਹੀਂ ਇਹਦਾ ਪਤਾ ਅਜੇ ਤੱਕ, ਮੈਂ ਇਹਨੂੰ ਖੋਲ੍ਹ ਕੇ ਵੀ ਨਹੀਂ ਦੇਖਿਆ ਸੀ ਚੀਜ਼ ਕੀ ਹੈ। ਮੈਨੂੰ ਲੱਗਦਾ ਕਿ ਗੋਡਾਊਨ ਵਗੈਰਾ ਆਪਾਂ ਬਣਾ ਸਕਦੇ ਸ਼ਾਇਦ, ਉਹ ਹੋਊਗਾ ਕਿਉਂਕਿ ਇਹ ਡੋਗ ਹਾਊਸ ਤਾਂ ਨਹੀਂ ਹੈਗਾ। ਸੋ ਮੈਂ ਬਾਹਰ ਨਹੀਂ ਜਾ ਰਿਹਾ ਕਿਉਂਕਿ ਮੈਂ ਹਜੇ ਚੱਪਲਾਂ ਚੁੱਪਲਾਂ ਪਾਈਆਂ ਹੋਈਆਂ, ਜੈਕਟ ਵਗੈਰਾ ਵੀ ਨਹੀਂ ਪਾਈ। ਸੋ ਜੈਕਟ ਵਗੈਰਾ ਆਪਣੀ ਅੱਗੇ ਫਰੰਟ 'ਤੇ ਆ, ਅਤੇ ਆਹ ਪਿੱਛੇ ਆਪਣੇ ਸਬਜ਼ੀਆਂ ਸੁਬਜ਼ੀਆਂ ਲਾਉਣ ਨੂੰ ਸਿਸਟਮ ਜਿਹਾ ਹੈਗਾ। ਇਹ ਗਰਮੀਆਂ ਦੇ ਵਿੱਚ ਲਾਵਾਂ ਕਰਾਂਗੇ ਸਬਜ਼ੀਆਂ ਆਪਾਂ, ਇੱਥੇ ਦੇਖਦੇ ਹਾਂ ਉਹ ਵੀ ਕੀ ਬਣਦਾ। ਐਂਡ ਆਹ ਗੁਆਂਢੀਆਂ ਦੇ ਘਰ ਨੇ, ਇਹ ਵੀ ਪੂਰੇ ਲੱਤ ਪੱਥ ਨੇ, ਐਨ ਪ੍ਰੋਪਰ ਇਹਨਾਂ ਦੇ ਵੀ ਉੱਤੇ ਸਨੋਹ ਪਈ ਹੋਈ ਆ। ਚੱਲੀਏ ਫਿਰ, ਇਸ ਤੋਂ ਪਹਿਲਾਂ ਕੋਈ ਹੋਰ ਕੰਮ ਕਰੀਏ, ਪਹਿਲੇ ਨੰਬਰ 'ਤੇ ਆਪਾਂ ਨੂੰ ਗੱਡੀ ਸਟਾਰਟ ਕਰ ਦੇਣੀ ਚਾਹੀਦੀ ਆ ਇੱਥੋਂ ਹੀ, ਤਾਂ ਕਿ ਗੱਡੀ ਥੋੜ੍ਹੀ ਜਿਹੀ ਗਰਮ ਹੋ ਜਾਵੇ ਅਤੇ ਆਪਣੀ ਸਨੋਹ ਜਿਹੜੀ ਆ ਸੌਖੀ ਤਰੀਕੇ ਨਾਲ ਲੈ ਜਾਏ। ਹੋ ਜਾ ਸਟਾਰਟ, ਬੱਲੀਏ। ਲਓ ਜੀ, ਗੱਡੀ ਆਪਣੀ ਸਟਾਰਟ ਹੋ ਗਈ ਆ, ਆਹ ਦੇਖ ਲਓ ਇੱਕ ਆਹ ਗੱਡੀ ਖੜ੍ਹੀ ਆ ਆਪਣੇ ਵਾਲੀ, ਇਹ ਨਹੀਂ ਆਪਾਂ ਲੈ ਕੇ ਜਾਵਾਂਗੇ, ਜਿਹੜੀ ਇੱਧਰ ਖੜ੍ਹੀ ਆ ਨਾ, ਆਹ ਰਾਈਟ ਸਾਈਡ ਵਾਲੀ, ਇਹ ਲੈ ਕੇ ਜਾਣੀ ਆਪਾਂ। ਅਤੇ ਪਰ ਇਹਦੇ ਪਿੱਛੇ ਤਾਂ ਲਵ ਭਾਈ ਦੀ ਵੀ ਗੱਡੀ ਲੱਗੀ ਹੋਈ ਆ, ਉਹਨਾਂ ਨੂੰ ਕਹਿੰਦੇ ਥੋੜ੍ਹੀ ਜਿਹੀ ਸਾਈਡ 'ਤੇ ਕਰ ਦਿਉ। ਇੱਥੇ ਆਪਣਾ ਜੈਕਟ ਵਾਲਾ ਸਿਸਟਮ ਜਿਹਾ ਹੁੰਦਾ ਆ, ਅੱਜ ਮੈਂ ਮਾਈਕ ਮੂਈਕ ਕੁਝ ਨਹੀਂ ਲਿਆ ਹੋਇਆ ਨਾ। ਅਤੇ ਇੱਥੇ ਆਪਣੀਆਂ ਸਾਰੀਆਂ ਜੈਕਟਸ ਪਈਆਂ ਨੇ, ਥੱਲੇ ਆਪਣੇ ਸ਼ੂਜ਼ ਪਏ ਨੇ, ਐਂਡ ਉੱਤੇ ਵੀ ਆਪਾਂ ਲਾਈਕ ਸ਼ੂਜ਼ ਵਗੈਰਾ ਰੱਖੇ ਹੋਏ ਆ। ਸਨੋਹ ਤਾਂ ਬਾਈ ਜੀ ਤੁਸੀਂ ਦੇਖ ਹੀ ਲਈ ਆ, ਅਤੇ ਜਿਸ ਦਿਨ ਸਨੋਹ ਹੁੰਦੀ ਹੈ ਨਾ ਉਸ ਦਿਨ ਠੰਡ ਨਹੀਂ ਹੁੰਦੀ, ਕਿਉਂਕਿ ਉਸ ਦਿਨ ਨਾ ਹਵਾ ਘੱਟ ਚੱਲ ਰਹੀ ਹੁੰਦੀ, ਪਰ ਜਿਸ ਦਿਨ ਸਨੋਹ ਦੇ ਨਾਲ ਹਵਾ ਹੋਵੇ ਉਸ ਦਿਨ ਤਾਂ ਰੇਲ ਹੀ ਬਣ ਜਾਂਦੀ, ਇਹ ਗੱਲ ਤੁਸੀਂ ਧਿਆਨ 'ਚ ਰੱਖਣੀ ਆ। ਐਂਡ ਅੱਜ ਜਿਵੇਂ ਹੁਣ ਆਪਾਂ ਪਹਿਲਾਂ ਤਾਂ ਗੱਡੀ ਸਾਫ਼ ਕਰਨੀ ਆ, ਗੱਡੀ ਸਾਫ਼ ਕਰਨ ਲਈ ਵੀ ਨਾ ਇੱਕ ਛੋਟੀ ਜਿਹੀ ਟ੍ਰਿਕ ਹੁੰਦੀ ਆ ਕਿ ਤੁਸੀਂ ਸੈਂਟਰ ਦੇ ਵਿੱਚੋਂ ਪਹਿਲਾਂ ਪਿੱਛੇ ਨੂੰ ਲੈ ਕੇ ਜਾਣਾ ਆ, ਠੀਕ ਆ, ਕਿਉਂਕਿ ਜੇ ਤੁਸੀਂ ਦੂਸਰੇ ਪਾਸੇ ਅੱਗੇ ਨੂੰ ਕਰੋਗੇ ਜਾਂ ਮਤਲਬ ਤੁਸੀਂ ਆਹ ਸਾਫ਼ ਕਰਤੇ ਜਾਂ ਪਿੱਛੇ ਸ਼ੀਸ਼ੇ ਸਾਫ਼ ਕਰਤੇ ਅਤੇ ਬਾਅਦ ਦੇ ਵਿੱਚ ਫਿਰ ਜਦੋਂ ਇਹਨੂੰ ਸਾਫ਼ ਕਰੋਗੇ ਫਿਰ ਇਹ ਭਰ ਜਾਣਾ, ਇਸ ਕਰਕੇ ਪਹਿਲਾਂ ਇਹਨੂੰ ਸਾਰਾ ਪਿੱਛੇ ਨੂੰ ਲੈ ਜਾਓ। ਤੁਹਾਡੇ 'ਚ ਕਈ ਸੋਚ ਰਹੇ ਹੋਣੇ ਆ ਕਿ ਬਾਈ ਯਾਰ ਗੱਡੀ ਇੱਦਾਂ ਹੀ ਲੈ ਜਾਂਦਾ, ਪਰ ਗੱਲ ਪਤਾ ਕੀ ਆ ਕਿ ਅਗਲਾ ਸ਼ੀਸ਼ਾ ਅਤੇ ਪਿਛਲਾ ਸ਼ੀਸ਼ਾ ਤਾਂ ਤੁਸੀਂ ਸਾਫ਼ ਕਰਕੇ ਲੈ ਜਾਓਗੇ, ਪਰ ਗੱਲ ਇਹ ਜੇ ਤੁਹਾਨੂੰ
ਪੁਲਿਸ ਵਾਲੇ ਨੇ ਕਿਸੇ ਨੇ ਦੇਖ ਲਿਆ ਤਾਂ ਤੁਹਾਡਾ ਚਲਾਨ ਕੱਟ ਸਕਦਾ ਹੈ, ਤੁਹਾਨੂੰ ਟਿਕਟ ਦੇ ਸਕਦਾ ਕਿਉਂਕਿ ਤੁਸੀਂ ਸਨੋਅ ਸਾਫ਼ ਨਹੀਂ ਕੀਤੀ। ਇਹ ਸਨੋਅ ਉੱਡ ਕੇ ਕਿਸੇ ਹੋਰ ਦੇ ਸ਼ੀਸ਼ੇ 'ਤੇ ਜਾ ਸਕਦੀ, ਐਕਸੀਡੈਂਟ ਹੋ ਸਕਦਾ। ਸੋ ਬਹੁਤ ਜ਼ਿਆਦਾ ਕਾਰਨ ਹੁੰਦੇ ਆ। ਐਂਡ ਇੱਕ ਚੀਜ਼ ਹੁੰਦੀ ਆ, ਇੱਥੇ ਜਿਹੜੇ ਟਾਇਰ ਹੁੰਦੇ ਨੇ ਨਾ ਗੱਡੀਆਂ ਦੇ, ਉਹ ਵੀ ਆਪਾਂ ਨੂੰ ਦੋ ਤਰ੍ਹਾਂ ਦੇ ਪਵਾਉਣੇ ਪੈਂਦੇ ਆ, ਇੱਕ ਸਮਰ ਟਾਇਰ ਜਾਂ ਫਿਰ ਆਲ ਸੀਜ਼ਨ ਕਹਿ ਲਓ ਉਹਨਾਂ ਨੂੰ, ਅਤੇ ਇੱਕ ਵਿੰਟਰ ਟਾਇਰ। ਆਪਣੀ ਗੱਡੀ ਦੇ ਜਿਹੜੇ ਆਲ ਸੀਜ਼ਨ ਟਾਇਰ ਆ, ਵਿੰਟਰ 'ਚ ਵੀ ਚੱਲ ਜਾਂਦੇ, ਸਮਰ 'ਚ ਵੀ ਚੱਲ ਜਾਂਦੇ, ਪਰ ਐਂ ਜਿਵੇਂ ਹੁਣ ਅੱਜ ਜ਼ਿਆਦਾ ਸਨੋਅ ਪਈ ਆ ਸੋ ਗੱਡੀ ਸਕਿੱਡ ਕਰੂਗੀ, ਸੋ ਮੈਨੂੰ ਬਹੁਤ ਜ਼ਿਆਦਾ ਧਿਆਨ ਦੇ ਨਾਲ ਇਹਨੂੰ ਚਲਾਉਣਾ ਪੈਣਾ ਹੈ। ਬਾਕੀ ਇਹ ਟਾਇਰ ਵਧੀਆ ਹੈਗੇ ਆ, ਸੋ ਇਹ ਚੱਲ ਵੀ ਜਾਣਗੇ। ਅਤੇ ਗੱਡੀ ਪਹਿਲਾਂ ਸਟਾਰਟ ਆਪਾਂ ਤਾਂ ਕਰਤੀ ਸੀ ਕਿਉਂਕਿ ਗੱਡੀ ਦੇ ਜਿਹੜੇ ਸ਼ੀਸ਼ੇ ਆ ਉਹ ਦੋਵੇਂ ਅਗਲੇ ਪਿਛਲੇ ਗਰਮ ਹੋ ਗਏ ਹੋਣਗੇ, ਅੰਦਰ ਵੀ ਗਰਮ ਹੋ ਗਈ ਹੋਏਗੀ, ਹੈ ਨਾ, ਅਤੇ ਉਹਦੇ ਕਰਕੇ ਜਿਹੜੀ ਸਨੋਅ ਆ ਉਹ ਆਸਾਨੀ ਨਾਲ ਰਿਮੂਵ ਹੋ ਗਈ, ਨਹੀਂ ਤਾਂ ਮੈਨੂੰ ਇਹਦੇ ਨਾਲ ਖੁਰਚਣੇ ਨਾਲ ਖੁਰਚਣੀ ਪੈਂਦੀ ਸ਼ਾਇਦ। ਹੁਣ ਇੱਥੇ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਬਾਈ, ਜਦੋਂ ਆਪਾਂ ਮੰਨ ਲਓ ਸਾਫ਼ ਹੀ ਨਾ ਕਰਦੇ ਆਪਦੇ ਡਰਾਈਵੇ 'ਤੇ, ਅਤੇ ਜੇ ਕੋਈ ਬੰਦਾ ਇੱਧਰੋਂ ਆਉਂਦਾ ਉਹਦਾ ਡਿੱਗ ਗਿਆ, ਅਤੇ ਉਹ ਬਾਈ ਤੁਹਾਨੂੰ ਸੂ ਕਰ ਸਕਦਾ, ਤੁਹਾਨੂੰ ਪੈਨਲਟੀ ਪੈ ਸਕਦੀ ਹੈ ਗਵਰਨਮੈਂਟ ਵੱਲੋਂ। ਇਸ ਕਰਕੇ ਤੁਸੀਂ ਆਪਦਾ ਜਿਹੜਾ ਡਰਾਈਵੇ ਆ ਸਨੋਅ ਵਾਲਾ ਉਹ ਆਪ ਹੀ ਸਾਫ਼ ਕਰਨਾ ਹੁੰਦਾ, ਤਾਂ ਕਿ ਜੇ ਕੋਈ ਬੰਦਾ ਆ ਰਿਹਾ ਹੈ ਤਾਂ ਉਹ ਡਿੱਗੇ ਨਾ। ਹੁਣ ਮੈਂ ਉਹ ਗੱਡੀ ਕੱਢਣ ਲੱਗਾ ਅਤੇ ਗੱਡੀ ਕੱਢ ਕੇ ਆਪਾਂ ਨਿਕਲਣ ਲੱਗੇ। ਹੁਣ ਜਿਵੇਂ ਆਹ ਦੇਖੋ, ਆਹ ਸਾਡੇ ਵਾਲੀ ਨਾ ਛੋਟੀ ਸਟਰੀਟ ਆ, ਅਤੇ ਇੱਥੋਂ ਇਹਨਾਂ ਨੇ ਸਨੋਅ ਕਲੀਨ ਨਹੀਂ ਕੀਤੀ। ਜਿਹੜੀਆਂ ਵੱਡੀਆਂ ਸਟਰੀਟ ਹੁੰਦੀਆਂ ਨਾ, ਉੱਥੋਂ ਸਨੋਅ ਲਈ ਕਲੀਨ ਵਗੈਰਾ ਕਰ ਦਿੰਦੇ ਆ, ਕਿਉਂਕਿ ਪਹਿਲਾਂ ਇਹਨਾਂ ਨੇ ਵੱਡੇ ਰੋਡਸ ਹਾਈਵੇ ਕਰਨੇ ਹੁੰਦੇ ਆ, ਫਿਰ ਉਸ ਤੋਂ ਬਾਅਦ ਛੋਟੀਆਂ ਜਿਹੜੀਆਂ ਸਟੀਲਸ ਵਗੈਰਾ ਦੀਆਂ ਸਟਰੀਟ ਆਉਂਦੀਆਂ, ਫਿਰ ਬਾਅਦ ਵਿੱਚ ਛੋਟੀਆਂ ਸਟਰੀਟਸ ਕਰਦੇ ਆ। ਹੁਣ ਤੁਸੀਂ ਸੋਚਣਾ ਬਈ ਯਾਰ ਜਿਹੜੀ ਇੰਨੀ ਸਨੋਅ ਪਈ ਹੈ ਕਲੀਨ ਵੀ ਹੋਏਗੀ ਜਾਂ ਨਹੀਂ, ਖੁਰੇਗੀ, ਕਿਉਂਕਿ ਟੈਂਪਰੇਚਰ ਤਾਂ ਪਹਿਲਾਂ ਹੀ ਮਾਈਨਸ, ਇਹਨੇ ਤਾਂ ਖੁਰਨਾ ਹੀ ਨਹੀਂ, ਕੀ ਚੱਕਰ ਪਊਗਾ। ਇੱਥੇ ਕੀ ਹੁੰਦਾ, ਸਨੋਅ ਪਲੋਜ਼ ਵਾਲੇ ਹੁੰਦੇ ਆ, ਉਹ ਲਾਈਕ ਕੰਪਨੀ ਨੂੰ ਕੰਟਰੈਕਟ ਮਿਲੇ ਹੁੰਦੇ ਆ, ਉਹ ਆ ਕੇ ਸਾਰੀ ਸਨੋਅ ਕਲੀਨ ਕਰਦੇ ਆ। ਬਸ ਜਿਵੇਂ ਜਿਹੜੀਆਂ ਸਟਰੀਟ ਅੰਦਰ ਹੁੰਦੀਆਂ ਛੋਟੀਆਂ, ਜਿੱਥੇ ਅਸੀਂ ਮੰਨ ਲਓ ਰਹਿ ਰਹੇ ਹਾਂ, ਉੱਥੇ ਲਾਈਕ ਜ਼ਿਆਦਾ ਕਲੀਨ ਨਹੀਂ ਹੁੰਦੀ, ਕਿਉਂਕਿ ਉੱਥੇ ਉਹਨਾਂ ਨੂੰ ਟਾਈਮ ਲੱਗਦਾ। ਪਹਿਲਾਂ ਇਹਨਾਂ ਨੇ ਮੇਜਰ ਜਿਹੜੇ ਹਾਈਵੇਜ਼ ਹੁੰਦੇ ਆ ਜਾਂ ਜਿਹੜੀਆਂ ਰੋਡਸ ਹੁੰਦੀਆਂ ਨੇ ਉਹਨਾਂ ਨੂੰ ਕਲੀਨ ਕਰਨਾ ਹੁੰਦਾ, ਬਾਕੀ ਜਿਹੜੀਆਂ ਛੋਟੀਆਂ ਰੋਡਸ ਨੇ ਉਹ ਬਾਅਦ ਵਿੱਚ ਕਲੀਨ ਹੁੰਦੀਆਂ। ਆ ਦੇਖੋ, ਜਿੱਥੇ ਮੈਂ ਹੁਣ ਚੜਿਆ ਇਹ ਵਾਲੀ ਰੋਡ ਸਾਰੀ ਪਹਿਲਾਂ ਹੀ ਕਲੀਨ ਆ, ਕਿਉਂਕਿ ਇੱਥੇ ਗੱਡੀਆਂ ਵੀ ਲੰਘ ਰਹੀਆਂ ਸੀ ਅਤੇ ਨਾਲ ਦੀ ਨਾਲ ਇਹਨਾਂ ਨੇ ਸਾਲਟ ਇੱਥੇ ਛਿੜਕਤਾ ਹੋਏਗਾ ਅਤੇ ਨਾਲ ਸਾਫ਼ ਵੀ ਕਰੀ ਜਾਂਦੇ ਹੋਣੇ। ਉਹ ਜੇ ਮੈਨੂੰ ਕਿਤੇ ਮਿਲਿਆ ਨਾ ਸਨੋਅ ਪਲੋਜ਼ ਵਾਲਾ ਦਿਖਿਆ, ਅਤੇ ਮੈਂ ਤੁਹਾਨੂੰ ਉਹਦੀ ਵੀ ਇੱਕ ਲਾਈਕ ਛੋਟੀ ਜਿਹੀ ਕਲਿੱਪ ਜੋੜੂੰਗਾ ਕਿ ਉਹ ਕਿੱਦਾਂ ਵਰਕ ਕਰਦਾ। ਉਹ ਬੜੀ ਘੈਂਟ ਚੀਜ਼ ਆ ਯਾਰ, ਨਾਲ ਦੀ ਨਾਲ ਸਨੋਅ ਸਾਫ਼ ਕਰੀ ਜਾਂਦਾ, ਨਾਲ ਦੀ ਨਾਲ ਉਹ ਆਪਦਾ ਪਿੱਛੇ ਸਾਲਟ ਪਾਈ ਜਾਂਦਾ ਆ। ਸਾਲਟ ਨਾਲ ਕੀ ਹੁੰਦਾ ਆ ਕਿ ਸਨੋਅ ਖੁਰ ਜਾਂਦੀ ਆ, ਜਦੋਂ ਸਨੋਅ ਦੇ ਉੱਤੇ ਬਰਫ਼ ਦੇ ਉੱਤੇ ਆਪਾਂ ਲੂਣ ਪਾਤਾ ਤਾਂ ਉਹ ਖੁਰ ਜਾਂਦੀ ਆ। ਮੈਂ ਪਹੁੰਚ ਗਿਆ ਜੀ ਅਨਮੋਲ ਐਂਡ ਅਮਨ ਬਾਈ ਦੇ ਘਰ ਦੇ ਬਾਹਰ। ਐਂਡ ਕਾਫ਼ੀ ਯਾਰ ਇਹਨਾਂ ਦੇ ਵੀ ਕਾਫ਼ੀ ਜ਼ਿਆਦਾ ਸਨੋਅ ਪਈ ਹੋਈ, ਇਹ ਵੀ ਛੋਟੀ ਸਟਰੀਟ ਦੇ ਵਿੱਚ ਰਹਿੰਦੇ, ਤੁਸੀਂ ਦੇਖ ਸਕਦੇ ਹੋ। ਐਂਡ ਇੱਕ ਚੀਜ਼ ਤੁਹਾਨੂੰ ਹੋਰ ਦੱਸਾਂ, ਜਿਹੜੀ ਆਹ ਸਨੋਅ ਹੁੰਦੀ ਹੈ ਨਾ, ਇਹ ਜਦੋਂ ਲਾਈਕ ਕਾਲੀ ਹੋ ਜਾਂਦੀ ਹੈ ਨਾ, ਕਾਲੀ ਕਹਿਣ ਦਾ ਮਤਲਬ ਉਹਨੂੰ ਬਲੈਕ ਆਈਸ ਕਹਿ ਦਿੰਦੇ ਆ, ਮਤਲਬ ਕਿ ਜਦੋਂ ਇਹਦੇ ਵਿੱਚ ਮਿੱਟੀ ਦੀ ਮਿਲਾਵਟ ਹੋ ਜਾਂਦੀ ਆ, ਉਦੋਂ ਬਾਬੇ ਇਹ ਬਾਹਲਾ ਜ਼ਿਆਦਾ ਤੰਗ ਕਰਦੀ ਯਾਰ, ਬਾਹਲਾ ਜ਼ਿਆਦਾ ਭੈੜੀ ਬਣ ਜਾਂਦੀ ਆ ਕਿ ਬੰਦਾ ਇੱਕ ਤਾਂ ਸਕਿੱਡ ਬੜੀ ਕਰਦੀ ਹੈ ਹੈ ਨਾ ਗੱਡੀ ਉਦੋਂ, ਅਤੇ ਬਾਕੀ ਐਂ ਹੁੰਦਾ ਵੀ ਤੁਹਾਡੇ ਬੂਟ ਖਰਾਬ ਹੋ ਗਏ, ਸਾਰਾ ਮੰਦੇ ਹਾਲ ਬੁਰੇ ਹਾਲ ਹੋ ਜਾਂਦੇ ਆ। ਸੋ ਇਹੀ ਸੀ ਤੁਹਾਨੂੰ ਦੱਸਣਾ, ਹੁਣ ਮੈਂ ਅੰਦਰ ਜਾਣਾ, ਚਾਹ ਵਗੈਰਾ ਪੀਂਦੇ ਹਾਂ ਯਾਰ। ਪਤਾ ਨਹੀਂ ਕਿੱਧਰ, ਨਹੀਂ ਤਾਂ ਇੱਥੇ ਹੀ ਹੁੰਦੇ ਲੱਗਦਾ, ਅੰਦਰ ਹੈਗੇ ਆ ਅੰਦਰ। ਹਾਂਜੀ ਕੈਸਨ ਹੋ? ਸੋ ਇਹ ਹੈਗੇ ਆਪਣੇ ਅਨਮੋਲ ਭਾਜੀ, ਇਹ ਸਾਡੇ ਹੈਗੇ ਨੇ ਡਾਇਰੈਕਟਰ ਸਾਹਿਬ, ਐਂਡ ਇੱਧਰ ਸਾਡੇ ਫਨਕਾਰ ਅਮਨ ਭਾਜੀ ਬੈਠੇ ਨੇ, ਐਂਡ ਇੱਧਰ ਹਰਕੋਮਲ ਜੀ। ਹਰਕੋਮਲ ਜੀ ਨੇ ਪਹਿਲਾਂ ਵੀ ਦੋ ਤਿੰਨ ਫਿਲਮਾਂ ਫੁਲਮਾਂ ਸ਼ੂਟ ਕੀਤੀਆਂ ਨੇ, ਇੱਕ ਅੱਧੀ ਵੈਬ ਸੀਰੀਜ਼ ਮੇਰੇ ਇੰਸਟਾਗ੍ਰਾਮ ਤੇ, ਬਾਈ ਦਾ ਵੀ ਤੁਸੀਂ ਇੰਸਟਾਗ੍ਰਾਮ, ਬਾਈ ਦਾ ਇੰਸਟਾਗ੍ਰਾਮ, ਬਾਈ ਦਾ ਇੰਸਟਾਗ੍ਰਾਮ ਭਾਵੇਂ ਫੋਲੋ ਨਾ ਕਰੋ ਕੋਈ ਗੱਲ। ਆਹ ਦੇਖੋ ਇਹਨਾਂ ਨੇ ਚਾਹ ਬਣਾ ਕੇ ਪਹਿਲੇ ਰੱਖੀ ਹੋਈ ਆ, ਨਾਲ ਕੀ ਰੱਖਿਆ ਤੁਸੀਂ ਇਹ ਚਾਹ? ਆ ਕੀ ਆ? ਦੇਸੀ ਟੱਚ ਨਾਲ ਵੈਸਟਰਨ ਤੜਕਾ। ਹਾਂ, 10 out of 10 ਨਹੀਂ ਹੁੰਦਾ ਆਹ ਤਾਂ ਤੁਸੀਂ ਖਤਮ ਕਰਤੇ। ਲਓ ਬਈ ਆਹ ਵੀ ਇੱਥੋਂ ਮਿਲ ਜਾਂਦੇ, ਮਟਰ ਮੁਟਰ ਜਿਹੇ ਮਿਲ ਜਾਂਦੇ ਆ, ਇੱਧਰ ਬਾਈਆਂ ਨੇ ਟਿੰਬਿਟਸ ਲਿਆਂਦੇ ਆ, ਟਿੰਬ ਹੋਰ ਖੋ ਜਾਓ ਸਟੀਲ ਦੇ ਗਲਾਸ 'ਚ। ਹਾਂ, ਪੀਣ ਦਾ ਜਿਹੜਾ ਸਵਾਦ ਆ ਨਾ। ਹਾਂ,
ਉਹ ਕੱਚ ਦੀ ਗਲਾਸ ਵਿੱਚ ਨਹੀਂ ਆ ਕੱਚ ਦੀ ਗਲਾਸ ਵਿੱਚ ਤੇ ਪੈਗ ਪੀਣ ਦਾ ਪਰ ਉਹ ਪੀਂਦਾ ਨਹੀਂ ਮੈਂ ਚਾਹੀਦਾ ਆ ਸੂਫੀ ਹੈ ਯਾਰ ਸਾਰੀ ਸੂਫੀ ਨੇ ਨਾ ਇਹ ਆ ਸੂਫੀ ਵੀ ਇਹ ਗੰਦਾ ਆ ਫੰਕਸ਼ਨ ਚੱਲਦੇ ਰਹਿਣਾ ਐਂਡ ਆਪਾਂ ਸ਼ੂਟ ਵਗੈਰਾ ਕਰ ਲਈਏ ਸ਼ੂਟ ਵਗੈਰਾ ਤੁਹਾਨੂੰ ਥੋੜੇ ਦਿਨਾਂ ਤੱਕ ਫਿਰ ਮੈਂ ਦੱਸ ਰਿਹਾ ਪਤਾ ਲੱਗ ਜੂਗਾ ਕਿ ਕਾਹਦਾ ਸ਼ੂਟ ਆ ਕੀ ਚੀਜ਼ ਅਸੀਂ ਆ ਰਹੇ ਹਾਂ ਜਲਦੀ ਰਿਵੀਲ ਕਰਾਂਗੇ ਬਸ ਥੋੜਾ ਜਿਹਾ ਰਹਿ ਗਿਆ ਸੋ ਸਾਨੂੰ ਕੰਪਲੀਟ ਕਰ ਲੈਣ ਦਿਓ ਐਂਡ ਬਾਕੀ ਫਿਰ ਇੱਕ ਵਾਰੀ ਤੁਹਾਨੂੰ ਬਾਹਰ ਜਾ ਕੇ ਸਨੋਅ ਦੇ ਹਾਲ ਚਾਲ ਬਾਈਆਂ ਨੂੰ ਵੀ ਦਿਖਾਉਣੇ ਆ ਮਿਲਾ ਤਾਂ ਸਵੇਰ ਦੇ ਇੱਥੇ ਨਹੀਂ ਗਏ ਤਾਂ ਨਹੀਂ ਤੁਸੀਂ ਬਾਹਰ ਨਹੀਂ ਗਏ ਜਾਇਓ ਵੀ ਨਾ ਬਹੁਤ ਜ਼ਿਆਦਾ ਸਨੋਅ ਪਈ ਹੋਈ ਹੈ ਫਿਰ ਵੀ ਤੁਹਾਨੂੰ ਮੈਂ ਇੱਕ ਵਾਰੀ ਫਿਰ ਦਿਖਾਊਂਗਾ ਅਜੇ ਵਲੌਗ ਖਤਮ ਨਹੀਂ ਹੋਇਆ ਬੋਲ ਯਾਰ ਜਿਹੜੀ ਗੱਲ ਗਲਤ ਆ ਉਹ ਗਲਤ ਆ ਹੱਡ ਤੋੜ ਤੋੜ ਕੇ ਮਿਹਨਤ ਕਰੀ ਸੀ ਤੇ ਇੱਕੋ ਹੀ ਹੌਸਲਾ ਹੁੰਦਾ ਠੀਕ ਹੈ ਮੈਨੂੰ ਆ ਕਹਿਣਾ ਕਹਿੰਦਾ ਉੱਠ ਤੈਨੂੰ ਇੱਕ ਚੀਜ਼ ਦਿਖਾਵਾਂ ਮੈਂ ਕਹਿੰਦਾ ਸਰਪ੍ਰਾਈਜ਼ ਆ ਇਧਰ ਹੁੰਦਾ ਸਰਪ੍ਰਾਈਜ਼ ਜਦ ਬਾਹਰੇ ਆ ਕੇ ਦੇਖਿਆ ਕਹਿੰਦਾ ਸਾਈਕਲ ਲੈ ਆਇਆ ਤੇ ਮੈਨੂੰ ਇਹ ਨਹੀਂ ਸਮਝ ਲੱਗੀ ਸਰਦੀ ਚ ਕਿਉਂ ਲੈ ਆਇਆ ਗੱਲ ਮੈਂ ਇਹ ਆ ਪਰ ਹੈਗਾ ਵਧੀਆ ਲੈ ਗਿਆ ਯਾਰ ਕੋਮਲ ਕਿੰਨੇ ਦਾ ਲਿਆ ਸੀ ਇਹਨੂੰ ਉਹਨੇ 70 ਦਾ ਬਸ ਲਓ ਵੀ ਮੁੰਡੇ ਉਹ $70 ਦਾ ਸਾਈਕਲ ਆ ਗਰਮੀਆਂ ਦੇ ਵਿੱਚ ਇਹ ਸਿਰਾ ਪਰ ਬਾਈ ਸਰਦੀਆਂ ਚ ਚੱਕ ਲਿਆ ਪਤਾ ਨਹੀਂ ਕਿਉਂ ਉਹ ਕਹਿੰਦਾ ਸਸਤਾ ਮਿਲਦਾ ਉਹ ਬਾਈ ਨੂੰ ਮੈਂ ਕੁਝ ਨਹੀਂ ਕਹਿਣਾ ਜਿੰਨੇ ਲਿਆ ਜਿਨ੍ਹਾਂ ਨੇ ਸਲਾਹ ਦਿੱਤੀ ਆਪਾਂ ਨਹੀਂ ਦਿੱਤੀ ਉਹ ਕਹਿੰਦਾ ਕਹਿੰਦਾ ਤੁਹਾਨੂੰ ਸਰਪ੍ਰਾਈਜ਼ ਦਿੰਦੇ ਆ ਸਰਪ੍ਰਾਈਜ਼ ਠੀਕ ਹੈ ਪਤਾ ਨਹੀਂ ਕੀ ਸਰਪ੍ਰਾਈਜ਼ ਆ ਕਹਿੰਦਾ ਬਸ ਆਉਣਾ ਉਹਨੇ 6-7 ਬੱਸਾਂ ਚੇਂਜ ਕੀਤੀਆਂ ਇਹ ਲਿਆਉਣ ਬੱਸ ਤੇ ਲੈ ਕੇ ਆਇਆ ਕਿੱਥੋਂ ਡਾਊਨਟਾਊਨ ਡਾਊਨਟਾਊਨ ਨਹੀਂ ਨਹੀਂ ਮਾਲਟਨ ਤੋਂ ਕਿਸੇ ਅਫਗਾਨਿਸਤਾਨ ਦੇ ਜਵਾਕ ਜੀ ਅਫਗਾਨਿਸਤਾਨ ਦੇ ਜਵਾਕ ਤੋਂ ਲੈ ਕੇ ਜਵਾਕ ਆ ਛੋਟਾ ਰਿਹਾ ਉਹ ਅੱਛਾ ਤੇ ਉਹਨੇ ਸਾਈਕਲ ਵੇਚਤਾ ਹੈ ਕਰ ਲੈਣਾ ਬੜੀ ਛੇਤੀ ਸਾਈਕਲ ਤੱਕ ਲੱਗਾ ਤੋਂ ਜੀ ਪ੍ਰੋਬਲਮ ਪਰ ਸਾਈਕਲ ਸੋਹਣਾ ਆਇਆ ਤਾਂ ਹਨਾ ਵੈਸੇ ਪਰ ਐ ਹੁੰਦਾ ਨੂੰ ਗਰਮੀਆਂ ਤੱਕ ਇਹਨੂੰ ਸਾਂਭ ਕੇ ਰੱਖਣਾ ਪੈਣਾ ਚਲੋ ਇੱਥੋਂ ਬਾਈ ਜੀ ਸ਼ੂਟ ਤੋਂ ਆਪਾਂ ਨਿਕਲੇ ਹਾਂ ਐਂਡ ਹੁਣ ਇਸ ਤੋਂ ਬਾਅਦ ਸਾਡੇ ਘਰੇ ਜਾਣਾ ਕਿਉਂਕਿ ਉੱਥੇ ਵੀ ਥੋੜ੍ਹਾ ਜਿਹਾ ਸ਼ੂਟ ਦਿਖਾਉਣਾ ਬੇਸਮੈਂਟ ਦਾ ਅਤੇ ਸਨੋਅ ਦੇਖੋ ਕਿੰਨੀ ਜ਼ਿਆਦਾ ਪੈ ਰਹੀ ਆ ਹਰਕੋਮਲ ਬਾਈ ਉੱਥੇ ਪਿੱਛੇ ਗੱਡੀ ਦੇ ਵਿੱਚ ਜਾ ਰਿਹਾ ਆਪਣੇ ਵਾਲੀ 'ਚ ਅਤੇ ਨਾਲ ਹੀ ਆਪਣੇ ਵਾਲੀ ਪਰਲੇ ਪਾਸੇ ਖੜੀ ਆਪਾਂ ਉਹਦੇ 'ਚ ਜਾਣਾ ਆ ਐਂਡ ਕਾਫੀ ਜ਼ਿਆਦਾ ਗਾਹ ਪੈ ਗਿਆ ਹੁਣ ਤਾਂ ਮੈਨੂੰ ਲੱਗਦਾ ਮੈਨੂੰ ਤਾਂ ਇੱਥੋਂ ਨਿਕਲਦੇ ਨਿਕਲਦੇ ਮੈਂ ਭੇਜ ਜਾਣਾ ਯਾਰ ਸਾਰਾ ਹਾਂਜੀ ਸਰ ਜੀ ਕੀ ਬਣਦਾ ਇੱਕ ਮਿੰਟ ਮੈਂ ਇੱਧਰ ਦੀ ਆਇਆ ਤੂੰ ਕਿਵੇਂ ਰੀਲਾ ਰੂਲਾ ਬਣਾ ਰਿਹਾ ਕੀ ਸੀਨ ਆ ਠੰਡ ਵੱਡ ਗਈ ਹੈ ਵਾਲ ਦੇ ਗਾਉਂਦੇ ਰਹੇ ਕੀ ਬਣ ਗਿਆ ਵੱਡ ਗਈ ਹੈ ਲਾਈਨ ਮੈਂ ਖੜਨਾ ਪੜ ਰਿਹਾ ਓਕੇ ਓਕੇ ਉਹ ਵਾਲੀ ਲੈ ਨਹੀਂ ਮੈਂ ਅੱਛਾ ਇੱਧਰ ਦੇਖੋ ਹੁਣੇ ਮੈਂ ਗੱਡੀ ਸਾਫ਼ ਕੀਤੀ ਸੀ ਤੇ ਗੱਡੀ ਫੇਰ ਆਪਣੀ ਪ੍ਰੋਪਰ ਉਵੇਂ ਹੀ ਹੋ ਗਈ ਤੇ ਹੁਣ ਫੇਰ ਆਪਾਂ ਅੱਗੇ ਪਿੱਛੇ ਤਾਂ ਸਾਫ਼ ਹੈਗੀ ਹੈ ਸਾਈਡਾਂ ਜੀਆਂ ਸਾਫ਼ ਕਰਕੇ ਤੇ ਨਿਕਲਦੇ ਹਾਂ ਬਾਕੀ ਤੁਸੀਂ ਘਰਾਂ ਦਾ ਇੱਧਰ ਦੇਖ ਲਓ ਠੰਡ ਬਾਬੇ ਬਹੁਤ ਆ ਸੋ ਜ਼ਿਆਦਾ ਟਾਈਮ ਹੈ ਵੀ ਮਤਲਬ ਬਾਹਰ ਨਹੀਂ ਰਹਿ ਸਕਦਾ ਦੇਖੋ ਸਟਰੀਟ ਦੇ ਕਿੰਨੀ ਜ਼ਿਆਦਾ ਸਨੋਅ ਪਈ ਹੋਈ ਆ ਇੱਥੇ ਜੇ ਮੈਂ ਐਂ ਕਰੂੰਗਾ ਇੱਥੇ ਦੇਖੋ ਇੱਥੇ ਅਸਲੀ ਪਤਾ ਲੱਗੂਗਾ ਅਨਮੋਲ ਭਾਅ ਜੀ ਆਪਣੇ ਨਾਲ ਆ ਕੇ ਬਹਿ ਗਏ ਅਨਮੋਲ ਭਾਈ ਜੀ ਨੇ ਪਹਿਲੀ ਸਨੋ ਆਏ ਥੇ ਕੈਸਾ ਲੱਗ ਰਿਹਾ ਹੈ ਆਪਕੋ ਬਹੁਤ ਭਿਆਨਕ ਹਾਂ ਨਹੀਂ ਯਾਰ ਪਹਿਲਾਂ ਵੀ ਪਈ ਦੇਖੀ ਮੈਂ ਇੱਕ ਅੱਧੇ ਦਿਨ ਪਹਿਲਾਂ ਪਈ ਆ ਪਰ ਉਹ ਇੰਨੀ ਨਹੀਂ ਪਈ ਅੱਜ ਤਾਂ ਬਾਹਲੀ ਜ਼ਿਆਦੇ ਆ ਅੱਜ ਤਾਂ ਸਵੇਰ ਦੀ 6 ਵਜੇ ਤੋਂ ਸਟਾਰਟ ਹੋਈ ਆ ਐਂਡ ਹੁਣ ਟਾਈਮ ਹੋ ਗਿਆ 3:30 ਆ 1 ਘੰਟਾ ਅੱਗੇ ਆ ਸੋ 3:30 ਹੋ ਗਿਆ ਅਜੇ ਵੀ ਪੂਰੀ ਸਨੋਅ ਪੈ ਰਹੀ ਆ ਤੇ ਕਈ ਵਾਰੀ ਕੀ ਹੁੰਦਾ ਇਹਨਾਂ ਦੀਆਂ ਨਾ ਜਿਹੜੀਆਂ ਗੱਡੀਆਂ ਦੀਆਂ ਬਾਰੀਆਂ ਹੁੰਦੀਆਂ ਵੀ ਜੰਮ ਜਾਂਦੀਆਂ ਮੈਂ ਇੱਕ ਵਲੌਗ ਦੇ ਵਿੱਚ ਪਹਿਲਾਂ ਵੀ ਦੱਸਿਆ ਸੀ ਕਿ ਜਦੋਂ ਆਪਾਂ ਗੱਡੀ ਧੋਣੀ ਹੈ ਨਾ ਟੈਂਪਰੇਚਰ ਦੇਖ ਕੇ ਧੋਣੀ ਜਿਵੇਂ ਅੱਜ ਦੇਖ ਲਾ -3 ਹਨਾ ਫੀਲਸ ਲਾਈਕ -7 ਹੋਏਗਾ ਤੇ ਇਹਦੇ ਕਰਕੇ ਕੀ ਹੁੰਦਾ ਕਿ ਗੱਡੀ ਜੇ ਆਪਾਂ ਧਵਾ ਲਈ ਤੇ ਉਹ ਜਿਹੜਾ ਪਾਣੀ ਥੋੜ੍ਹਾ ਬਹੁਤ ਹੁੰਦਾ ਨਾਲ ਦੀ ਨਾਲ ਫ੍ਰੀਜ਼ ਹੋ ਜਾਂਦਾ ਹੈ ਤੇ ਉਹ ਜੰਮਦਾ ਤੇ ਗੱਡੀ ਦੇ ਸ਼ੀਸ਼ੇ ਵੀ ਕਈ ਵਾਰੀ ਅਜਿਵੇਂ ਹੁਣ ਮੈਂ ਤੁਹਾਨੂੰ ਕਰਕੇ ਦਿਖਾਇਆ ਆਪਣੇ ਵਾਲੇ ਹੋਣੇ ਸੀ ਨਾ ਰਹੇ ਬਾਅਦ ਦੇ ਵਿੱਚ ਹੋਇਆ ਉਹਦਾ ਕੀ ਹੁੰਦਾ ਉਹ ਸਨੋਅ ਉਹਦੇ ਵਿੱਚ ਐਂ ਜੰਮ ਗਈ ਪੂਰੀ ਤੇ ਇਸ ਕਰਕੇ ਇੱਕ ਇੱਥੇ ਤੁਹਾਨੂੰ ਹੋਰ ਚੀਜ਼ ਦੱਸ ਦੇਣਾ ਜਿਹੜਾ ਵੀ ਬੰਦਾ ਗੱਡੀ ਲਾਵੇ ਉਹ ਸਰਦੀ ਦੇ ਵਿੱਚ ਗੱਡੀ ਨਾ ਹੀ ਧਵਾਵੇ ਤਾਂ ਚੰਗਾ ਆ ਪਰ ਧਵਾਉਣੀ ਇਸ ਕਰਕੇ ਪੈਂਦੀ ਆ ਕਿਉਂਕਿ ਸਨੋਅ ਪਈ ਹੁੰਦੀ ਆ ਸਾਲਟ ਥੱਲੇ ਲੱਗਦਾ ਆ ਤੇ ਉਹਦੇ ਨਾਲ ਜੰਗਾਲ ਲੱਗ ਜਾਂਦਾ ਆ ਸੋ ਉਹ ਵੀ ਚੀਜ਼ ਹੁੰਦੀ ਆ ਸੋ ਜਿਸ ਦਿਨ ਟੈਂਪਰੇਚਰ ਥੋੜ੍ਹਾ ਜਿਹਾ ਉੱਪਰ ਗਿਆ ਨਾ ਮਤਲਬ ਜਿਵੇਂ ਮੰਨ ਲਓ 1-5 ਡਿਗਰੀ ਗਿਆ ਉਸੇ ਦਿਨ ਹੀ ਗੱਡੀ ਧਵਾ ਲਓ ਚੰਗੇ ਰਹਿ ਜਾਓਗੇ ਨਹੀਂ ਤਾਂ ਬਾਕੀ ਦਿਨਾਂ ਦੇ ਵਿੱਚ ਧਵਾਉਣ ਦਾ ਫਾਇਦਾ ਨਹੀਂ ਬਾਬੇ ਦਾ ਤੁਰ ਨਹੀਂ ਰਹੀ ਕਿੱਧਰ ਜਾ ਰਹੀ ਆ ਇਹ ਔਖਾ ਆ ਸਨੋਅ ਜੇ ਯਾਰ ਹੋਰ ਯਾਰ ਇੱਥੇ ਤੁਹਾਡੇ ਲਾਈਕ ਇੰਟੀਰੀਅਰ ਹੈ ਨਾ ਇੰਟੀਰੀਅਰ ਕਹਿ ਰਹੇ ਹਾਂ ਅੰਦਰ ਵਾਲੀਆਂ ਰੋਡ ਹੈ ਨਾ ਜਿਵੇਂ ਸਾਡੇ ਵੀ ਉੱਥੇ ਥੋੜ੍ਹਾ ਜ਼ਿਆਦਾ ਔਖਾ ਹੋ ਜਾਂਦਾ ਪਰ ਜਦੋਂ ਆਪਾਂ ਰੋਡ 'ਤੇ ਚੜ੍ਹ ਗਏ ਇੱਕ ਵਾਰੀ ਉਦੋਂ ਕੋਈ ਚੱਕਰ ਨਹੀਂ ਆ ਇੱਥੇ ਥੋੜ੍ਹਾ ਜਿਹਾ ਔਖਾ ਹੁਣ ਆਪਣੇ ਵੈਸੇ ਵੀ ਸਨੋਅ ਟਾਇਰ ਨਹੀਂ ਹੈਗੇ ਉਹ ਵੀ ਪਾਉਣੇ ਆ ਯਾਰ ਕੱਲ੍ਹ ਪਰਸੋਂ ਪਾਉਣੇ ਆ
ਮਜ਼ਾ ਹੀ ਰੁਕ ਨਹੀਂ ਯਾਰ ਆਮ ਆਸ ਨਹੀਂ ਕੋਮੋ ਕੋਮ ਕੀ ਕੋਮ ਕੀ ਕੋਮ ਕੀ ਔਖੀ ਹੈ ਨਾ ਬਹੁਤ ਜ਼ਿਆਦਾ ਡਰੇਕ ਬਾਬੇ ਸਰ ਹੋਈ ਤਾਂ ਸਰਦੀਆਂ ਵਿੱਚ ਬਹੁਤ ਔਖੀ ਹੈ ਪਹਿਲੀ ਵਾਰੀ ਕੀ ਹੋਇਆ ਸੀ ਜਦੋਂ ਮੈਂ ਪਹਿਲੀ ਸਨੋਅ ਸੀ ਨਾ ਮੇਰੀ ਜਦੋਂ ਮੈਂ ਗੱਡੀ ਲਈ ਆ ਤੇ ਮੈਂ ਉਸ ਸਪੀਡ ਤੇ ਮੋੜ ਰਹੀ ਸੀ ਜਿਸ ਸਪੀਡ ਤੇ ਵੈਸੇ ਮੋੜਦੇ ਆ ਨਾ ਮਤਲਬ 25-30-35 ਤੇ ਉਹ ਭਰਾਵਾ ਬੋਲਡਰ ਬਣਿਆ ਹੋਇਆ ਸਨੋਅ ਦਾ ਘੁੰਮ ਕੇ ਉਹਦੇ ਵਿੱਚ ਅਜਿੱਠਾ ਮੈਂ ਕਿਹਾ ਤੁਹਾਡੀ ਦੀ ਟੁੱਟ ਗਈ ਪਰ ਉਹ ਜਿਵੇਂ ਜਿੰਨੀ ਸਪੀਡ ਨਾਲ ਵੱਜੀ ਉਨੀ ਸਪੀਡ ਨਾਲ ਹੀ ਵਾਪਸ ਆ ਗਈ ਕਿਉਂਕਿ ਉਹ ਕੱਲੀ ਸਨੋਅ ਸੀ ਉਹਦੇ ਨਾਲ ਜ਼ਿਆਦਾ ਫਰਕ ਨਹੀਂ ਪਿਆ ਜੇ ਕਿਤੇ ਹੋਰ ਵੱਜੀ ਹੁੰਦੀ ਤੇ ਉਸੇ ਦਿਨ ਹੀ ਪਟਾਕਾ ਪੈ ਜਾਣਾ ਸੀ ਪਹਿਲੀ ਸਨੋਅ ਦੇ ਵਿੱਚ ਕੰਮ ਔਖਾ ਆ ਸੋ ਆਹ ਮਿੱਤਰੋ ਹੁੰਦਾ ਆ ਸਨੋਅ ਪਲੋਜ਼ ਜਿਹੜੇ ਜਿਹਦੀ ਮੈਂ ਤੁਹਾਡੇ ਨਾਲ ਗੱਲ ਕਰਦਾ ਸੀ ਰੱਬੋਂ ਮਿਲ ਹੀ ਗਿਆ ਤੁਸੀਂ ਦੇਖੋ ਇੱਕ ਸਾਈਡ ਤੋਂ ਸਨੋਅ ਚੱਕੀ ਜਾਂਦਾ ਪਿੱਛੋਂ ਇੱਕ ਉਹ ਛੋਟੀ ਜਿਹੀ ਜਿਹੜੀ ਨਿਕਲ ਰਹੀ ਹੈ ਨਾ ਧਾਰ ਜੀ ਉਹਦੇ 'ਚ ਕੀ ਹੈ ਉਹਦੇ 'ਚ ਲੂਣ ਨਿਕਲਦਾ ਸੋਲਟ ਨਿਕਲਦਾ ਅਤੇ ਸੋਲਟ ਉੱਥੇ ਉੱਥੇ ਪਾਈ ਜਾਂਦਾ ਜਿੱਥੇ ਜਿੱਥੇ ਸਨੋਅ ਪਈ ਹੋਈ ਹੈ ਤਾਂ ਕਿ ਜਿਹੜੀ ਹੁਣ ਅੱਗੇ ਸਨੋਅ ਪੈ ਰਹੀ ਆ ਉਹ ਸਾਰੀ ਖੁਰਦੀ ਜਾਊਗੀ ਨਾਲ ਨਾਲ ਦੇਖੋ ਇੱਕ ਵਾਰੀ ਫਿਰ ਤੁਹਾਨੂੰ ਨੇੜੇ ਦਾ ਦਿਖਾ ਦਿੰਦੇ ਹਾਂ ਉਹ ਦੇਖੋ ਨਾਲ ਨਾਲ ਉਹ ਜਿਹੜੀ ਛੋਟੀ ਜੀ ਨਿਕਲ ਰਹੀ ਹੈ ਨਾ ਹੁਣ ਉਹ ਖੜ ਗਿਆ ਅਤੇ ਹੁਣ ਬੰਦ ਹੋ ਗਈ ਫਿਰ ਜਦੋਂ ਹੁਣ ਤੁਰੇਗਾ ਨਾ ਉਹ ਤਾਂ ਫਿਰ ਦਿਖੂਗੀ ਉਹ ਦੇਖੋ ਗੋਲੇ ਜਿਹੇ ਘੁੰਮਦੇ ਹੁੰਦੇ ਆ ਨਾਲ ਨਾਲ ਅਤੇ ਉਹ ਸਾਰਾ ਛਟਕਾਰਾ ਜਿਵੇਂ ਛਿੱਟਾ ਦਿੰਦੇ ਆ ਕਣਕ ਦਾ ਉਵੇਂ ਪਾਉਂਦਾ ਰਹਿੰਦਾ ਆ ਅਤੇ ਉਹ ਇੱਕ ਸਾਈਡ ਤੋਂ ਚੱਕੀ ਜਾਂਦੇ ਹਾਈਵੇ 'ਤੇ ਤਾਂ ਤਿੰਨ ਤਿੰਨ ਚਾਰ ਚਾਰ ਇਕੱਠੇ ਲਗੇ ਜਾਂਦੇ ਹੁੰਦੇ ਆ ਪਰ ਇਹ ਜਿਵੇਂ ਹੁਣ ਰੋਡ ਹੈਗੀ ਆ ਕਿਹੜੀ ਆ ਕੈਸਲਮੋਰ ਬੁਵੇੜ ਅਤੇ ਇੱਥੇ ਜ਼ਿਆਦਾ ਨਹੀਂ ਹੋਣਗੇ ਉਹ ਦੇਖਿਓ ਹੁਣ ਨਿਕਲੇਗਾ ਇਹ ਉਹ ਨਿਕਲਾ ਆ ਛੱਟਾ ਦੇਖ ਲਿਆ ਉਹ ਹੈਗਾ ਆ ਸੋਲਟ ਚਲੋ ਇਹ ਵੀ ਆਪਣਾ ਕੰਮ ਰਹਿ ਗਿਆ ਸੀ ਸਨੋਅ ਵਾਲੀ ਵੀਡੀਓ ਦੇ ਵਿੱਚ ਇਹ ਦੱਸਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਅਤੇ ਇਹ ਵੀ ਆਪਣਾ ਕੰਮ ਹੁਣ ਹੋ ਗਿਆ ਅਤੇ ਬਾਕੀ ਅਸੀਂ ਪੀਜ਼ਾ ਚੱਕ ਲਿਆ ਬਾਈ ਨੇ ਫੜਿਆ ਹੋਇਆ ਐਂਡ ਹੁਣ ਬਸ ਘਰੇ ਜਾ ਕੇ ਪੀਜ਼ਾ ਖਾਂਦੇ ਹਾਂ ਅਤੇ ਹੋਰ ਗੱਪਾਂ ਛੱਪਾਂ ਮਾਰਨੇ ਹਾਂ ਅਤੇ ਵਲੌਗ ਨੂੰ ਇੱਥੇ ਹੀ ਐਂਡ ਕਰ ਦਈਏ ਫਿਰ ਹਾਂਜੀ ਅਨਮੋਲ ਜੀ ਸੈੱਟ ਆ ਸੈੱਟ ਆ ਚਲੋ ਜੀ ਠੀਕ ਆ ਅਗਲਾ ਕਿਹੜਾ ਵਲੌਗ ਦੇਖਣਾ ਆ ਦੱਸਿਓ ਜ਼ਰੂਰ ਅਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਓਕੇ